ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਵਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਹਾੜੀ ਸਮੇਂ ਵਿੱਚ ਬੀਜੀਆਂ ਜਾਣ ਵਾਲੀਆਂ ਦੋ ਫਸਲਾਂ ਤੂਰੀਆਂ ਅਤੇ ਗੋਭੀ ਸਰੋਂ ਬਾਰੇ ਪਿਛਲੇ ਸਾਲ ਸਰੋਂ ਹੀਟਾਂ ਪੰਜਾਬ ਵਿੱਚ ਬਹੁਤ ਸਾਰਾ ਰਕਬਾ ਬੀਜਿਆ ਗਿਆ ਸੀ ਅੱਜ ਆਪਾਂ ਗੱਲ ਕਰਾਂਗੇ ਕਿਹੜੀਆਂ ਸਰੋਂ ਦੀਆਂ ਤੇ ਕਿਹੜੀਆਂ ਤੂਰੀਆਂ ਦੀਆਂ ਕਿਸਮਾਂ ਨੇ ਜੋ ਆਪਾਂ ਬੀਜ ਸਕਦੇ ਹਾਂ ਜੋ ਪੀਏਯੂ ਵੱਲੋਂ ਰეკਮੈਂਡ ਕੀਤੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤੂਰੀ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਸਭ ਤੋਂ ਪਹਿਲੀ ਕਿਸਮ ਆ ਜਾਂਦੀ ਹੈ TL 17 ਇਹ ਕਿਸਮ 90 ਦਿਨ ਵਿੱਚ ਪੱਕ ਜਾਂਦੀ ਹੈ ਬਹੁਤ ਫਸਲੀ ਚੱਕਰ ਲਈ ਵਧੀਆ ਕਿਸਮ ਹੈ ਇਸ ਨੂੰ ਵਧੇਰੇ ਸਖਾਵਾਂ ਕਰਕੇ ਜ਼ਿਆਦਾ ਫਲੀਆਂ ਲੱਗਦੀਆਂ ਇਸ ਦਾ ਆਸਥਨ ਝਾੜ 5.2 ਕੁਇੰਟਲ ਇਸ ਵਿੱਚ ਤਕਰੀਬਨ 42% ਤੇਲ ਹੁੰਦਾ ਹੈ ਉਸ ਤੋਂ ਅਗਲੀ ਵੈਰੈਟੀ ਹੈ TL 15 ਜੋ ਕਿ 1978 ਵਿੱਚ ਲਾਂਚ ਕੀਤੀ ਗਈ ਸੀ ਬਹੁਤ ਪੁਰਾਣੀ ਵੈਰੈਟੀ ਹੈ ਇਹ ਅਗੇਤੀ ਪੱਕਣ ਵਾਲੀ 88 ਦਿਨ ਵਿੱਚ ਇਹ ਕਿਸਮ ਪੱਕ ਜਾਂਦੀ ਹੈ ਇਸ ਦਾ ਆਵਸਤਨ ਝਾੜ 4.5 ਕੁੰਡਰ ਪ੍ਰਤੀ ਏਕੜ ਹੈ ਇਸ ਵਿੱਚ ਤੇਲ ਦੀ ਮਾਤਰਾ 42% ਹੁੰਦੀ ਹੈ ਬਹੁਤ ਪੁਰਾਣੀ ਕਿਸਮ ਹੈ ਝਾੜ ਇਸ ਦਾ ਬਹੁਤ ਘੱਟ ਉਸ ਤੋਂ ਅਗਲੀ ਕਿਸਮ ਹੈ ਆਪਣੀ RCH 1 ਇਹ 2019 ਵਿੱਚ ਲਾਂਚ ਕੀਤੀ ਗਈ ਇਸ ਦੀ ਸਫਾਰਸ਼ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਬਟਿੰਡਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਤੇ ਮੁਕਸਰ ਸਾਹਿਬ ਵਿੱਚ ਕੀਤੀ ਜਾਂਦੀ ਹੈ ਇਹ ਸਮੇਂ ਸਰ ਬਜਾਈ ਲਈ ਕੀਤੀ ਜਾਣ ਲਈ ਬਹੁਤ ਵਧੀਆ ਕਿਸਮ ਹੈ ਇਹ ਇੱਕ ਲੰਮੇ ਕਾਦ ਤੇ ਭਰਪੂਰ ਸਖਾਵਾਂ ਵਾਲੀ ਕਿਸਮ ਹੈ ਇਸ ਦਾ ਔਸਤਨ ਝਾੜ 9.1 ਕੁਆਂਟਲ ਪ੍ਰਤੀ ਏਕੜ ਹੈ ਇਸ ਵਿੱਚ ਤੇਲ ਦੀ ਮਾਤਰਾ 39.4% ਹੁੰਦੀ ਹੈ ਤਕਰੀਬਨ 40% ਦੇ ਬਰਾਬਰ ਇਹ 152 ਦਾ ਲੈਂਦੀ ਹੈ ਪੱਕਣ ਵਿੱਚ ਇਸ ਤੋਂ ਅਗਲੀ ਵੈਰਾਈਟੀ ਹੈ ਆਪਣੀ PHR 126 ਇਹ 2019 ਵਿੱਚ ਲਾਂਚ ਕੀਤੀ ਗਈ ਪੀਜੂ ਵੱਲੋਂ ਇਹ ਦਰਮਿਆਨੇ ਕਾਤੇ ਵਧੇਰੇ ਸਖਾਵਾਂ ਵਾਲੀ ਦੂਗਲੀ ਕਿਸਮ ਹੈ ਇਸ ਦੀ ਸਿਫਾਰਸ਼ ਪੰਜਾਬ ਵਿੱਚ ਦੱਖਣੀ ਪੱਛਮੀ ਇਲਾਕੇ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਤੇ ਮੁਕਸਦ ਸਾਹਿਬ ਦੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ਇਸ ਦਾ ਆਫਸਨ ਝਾੜ 9.1 ਕੁਆਂਟਲ ਪ੍ਰਤੀ ਏਕੜ ਹੈ ਇਸ ਵਿੱਚ ਤੇਲ ਦੀ ਮਾਤਰਾ 40.2% ਹੁੰਦੀ ਹੈ ਤਕਰੀਬਨ 40% ਦੇ ਬਰਾਬਰ ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਗਰੀ ਰਾਜ ਨਾਮ ਦੀ ਇਹ ਵੈਰੈਟੀ ਹੈ ਹਮੇਸ਼ਰ ਬਜਾਈ ਲਈ ਸਿਫਾਰਸ਼ ਕੀਤੀ ਗਈ ਹੈ ਇਸ ਕਿਸਮ ਦੇ ਦਾਣੇ ਮੋٹے ਹੁੰਦੇ ਹਨ ਤੇ ਪੱਕਣ ਵੇਲੇ ਜਿਆਦਾ ਉੱਚ ਤਾਪਮਾਨ ਵੀ ਸਹਾਰ ਲੈਂਦੀ ਹੈ ਇਹ ਕਿਸਮ ਚਿੱਟੀ ਕੁੰਗੀ ਨੂੰ ਕੁਝ ਹੱਦ ਤੱਕ ਟਾਕਰਾ ਕਰ ਸਕਦੀ ਹੈ ਇਸ ਦਾ ਆਸਟਨ ਝਾੜ 7.7 ਕਵਾਂਟਰ ਪ੍ਰਤੀ ਏਕੜ ਹੈ ਇਸ ਵਿੱਚ ਤੇਲ ਦੀ ਮਾਤਰਾ 40.3% ਤੇ ਇਹ 144 ਦਿਨ ਪੱਕਣ ਵਿੱਚ ਲੈਂਦੀ ਹੈ ਇਸ ਤੋਂ ਅਗਲੀ ਵੈਰੈਟੀ ਹੈ आर एल सी 3 2015 ਵਿੱਚ ਇਹ ਲਾਂਚ ਕੀਤੀ ਗਈ ਪੀਲੇ ਦਾਣੇ ਅਤੇ ਦਰਮਿਆਨੇ ਕੱਦ ਵਾਲੀ ਇਹ ਕਿਸਮ ਦੀ ਸਫਾਰਸ਼ ਸਾਰੇ ਪਨਾਂਤਾਂ ਵਿੱਚ ਕੀਤੀ ਜਾਂਦੀ ਹੈ ਇਹ ਚਿੱਟੀ ਕੁੰਗੀ ਇਹ ਕਿਸਮ ਨੂੰ ਨਹੀਂ ਲੱਗਦੀ ਇਸ ਦਾ ਆਫਸਨ 47.3 ਕੁਆਂਟਲ ਪ੍ਰਤੀ ਏਕੜ ਤੇ 43.5% ਇਸ ਵਿੱਚ ਤੇਲ ਹੁੰਦਾ ਹੈ 145 ਦਿਨ ਇਹ ਵੀ ਵੈਰੈਟੀ ਲੈਂਦੀ ਹੈ ਪੱਕਣ ਵਿੱਚ ਇਸ ਤੋਂ ਅਗਲੀ ਵੈਰੈਟੀ ਹੈ ਪੀ ਬੀ ਆਰ 357 2014 ਵਿੱਚ ਇਹ ਵੈਰੈਟੀ ਜੋ ਲਾਂਚ ਕੀਤੀ ਗਈ ਇਹ ਭਾਰਤ ਦੇ ਸਾਰੇ ਪ੍ਰਾਂਤਾਂ ਵਿੱਚ ਲਾਂਚ ਦੀ ਚਪਾਰਸ਼ ਕੀਤੀ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਤੇ ਇਸ ਦੇ दाने ਮੋٹے ਹੁੰਦੇ ਹਨ ਇਸ ਕਿਸਮ ਨੂੰ ਚਿੱਟੀ ਕੁੰਗੀ ਦੇ ਝੁਲਸ ਰੋਗ ਤੇ ਹੋਰ ਕਿਸਮ ਨਾਲੋਂ ਘੱਟ ਲੱਗਦੇ ਹਨ ਇਸ ਦਾ ਆਸਤਨ ਝਾੜ 8.5 ਕੁਇੰਟਲ ਪ੍ਰਤੀ ਏਕੜ ਹੈ ਝਾੜ ਬਹੁਤ ਵਧੀਆ ਹੈ ਕਿਸਮ ਦਾ ਇਸ ਵਿੱਚ ਤੇਲ ਦੀ ਮਾਤਰਾ 39% ਹੁੰਦੀ ਹੈ ਇਹ ਕਿਸਮ ਵੀ 145 ਦਿਨ ਲੈਂਦੀ ਹੈ ਇਸ ਤੋਂ ਅਗਲੀ ਕਿਸਮ ਹੈ ਪੀਬੀਆਰ 97 ਇਹ ਕਿਸਮ ਨਾਂ ਤੋਂ ਹੀ ਪਤਾ ਲੱਗਦਾ ਹੈ 1997 ਵਿੱਚ ਇਹ ਕਿਸਮ ਲਾਂਚ ਕੀਤੀ ਗਈ ਇਹ ਕਿਸਮ ਪੰਜਾਬ ਦੀ ਬਰਾਨੀ ਹਾਲਾਤਾਂ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਗਈ ਹੈ ਇਹ ਲੰਮੇ ਕਦਵਾਲੀ ਕਿਸਮ ਦਾ ਇਸ ਦਾ ਬੀਜ ਦਰਮਿਆਨੇ ਮੋਟੇ ਹੁੰਦੇ ਹਨ ਇਸ ਵਿੱਚ 39.8% ਤੇਲ ਹੁੰਦਾ ਹੈ ਇਸ ਦਾ ਝਾੜ 5.2 ਕੁਇੰਟਲ ਪ੍ਰਤੀ ਏਕੜ ਇਹ ਤਕਰੀਬਨ 136 ਦਿਨ ਪੱਕਣ ਵਿੱਚ ਲੈਂਦੀ ਹੈ ਇਸ ਤੋਂ ਅਗਲੀ ਵੈਰੈਟੀ ਹੈ ਪੀਬੀਆਰ 9 ਇਹ ਵੀ ਵੈਰੈਟੀ ਬਹੁਤ ਪੁਰਾਣੀ ਹੈ 1994 ਵਿੱਚ ਇਹ ਵੈਰੈਟੀ ਲਾਂਚ ਕੀਤੀ ਗਈ ਇਹਦੀ ਸਿਫਾਰਸ਼ ਪੰਜਾਬ ਦੇ ਦੱਖਣੀ ਪੱਛਮੀ ਇਲਾਕੇ ਦਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਅਤੇ ਮਾਨਸਾ ਜ਼ਿਲ੍ਹੇ ਵਿੱਚ ਕੀਤੀ ਗਈ ਕੀਤੀ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਹ ਦਰਮਿਆਨੇ ਕੱਦ ਦੀ ਕਿਸਮ ਹੈ ਇਹ ਜਿਹੜੇ ਨੇ ਮੋٹے ਤੇ ਕਾਲੇ ਭੂਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਦੇਲ ਦੀ ਮਾਤਰਾ 37.6% ਹੁੰਦੀ ਹੈ ਇਸ ਦਾ ਝਾੜ 8.1 ਕਵਾਂਟਲ ਪ੍ਰਤੀ ਏਕੜ ਹੈ ਤੇ ਇਹ 145 ਦਿਨ ਪੱਕਣ ਵਿੱਚ ਲੈਂਦੀ ਹੈ ਇਸ ਤੋਂ ਅੱਗੇ ਆਪਾਂ ਗੋਭੀ ਸਰੋ ਦੀ ਕਿਸਮਾਂ ਬਾਰੇ ਗੱਲ ਕਰਾਂਗੇ ਕਿਹੜੀਆਂ ਕਿਸਮਾਂ ਇਸ ਦੇ ਵਿੱਚ ਆਉਂਦੀਆਂ ਨੇ ਤਕਰੀਬਨ ਤਿੰਨ ਕਿਸਮਾਂ ਬਹੁਤ ਵਧੀਆ ਪੀਜੀਓ ਵੱਲੋਂ ਦਿੱਤੀਆਂ ਗਈਆਂ ਗੋਪਸੀ ਸਰੋਧੀਆਂ ਉਸ ਦੇ ਬਾਰੇ ਗੱਲ ਕਰਾਂਗੇ ਪੀਜੀਐਸਐਚ 17007 2020 ਵਿੱਚ ਲਾਂਚ ਕੀਤੀ ਗਈ ਇਸ ਦੀ ਸਿਫਾਰਸ਼ ਪੰਜਾਬ ਲਈ ਸਿਜੂ ਹਲਾਤਾ ਵਿੱਚ ਸਮੇਂ ਸਿਰ ਬਜਾਈ ਲਈ ਕੀਤੀ ਗਈ ਹੈ ਇਸ ਨੂੰ ਚਿੱਟੀ ਕੁੰਗੀ ਨਹੀਂ ਲੱਗਦੀ ਇਹ ਲੰਮੇ ਕੱਦ ਦੇ ਭਰਪੂਰ ਸਖਾਵਾਂ ਵਾਲੀ ਵੈਰਾਈਟੀ ਹੈ ਇਸ ਦਾ ਆਵਸਣ ਝਾੜ 8.8 ਕੁਇੰਟਲ ਪ੍ਰਤੀ ਏਕੜ ਚਾਰ ਇਸ ਦਾ ਬਹੁਤ ਹੀ ਵਧੀਆ ਹੈ ਇਸ ਵਿੱਚ ਤੇਲ ਦੀ ਮਾਤਰਾ 45% ਹੁੰਦੀ ਹੈ ਜੋ ਕਿ ਤੇਲ ਦੀ ਮਾਤਰਾ ਵੀ ਬਹੁਤ ਵਧੀਆ ਹੈ ਇਸ ਵਿੱਚ 162 ਦਿਨ ਪੱਕਣ ਵਿੱਚ ਲੈਂਦੀ ਹੈ ਟਾਈਮ ਬਹੁਤ ਜ਼ਿਆਦਾ ਲੈਂਦੀ ਹੈ ਪੱਕਣ ਵਿੱਚ ਇਸ ਨੂੰ ਜਿੰਨੀ ਅਗੇਤੀ ਲਾਇਆ ਜਾਵੇ ਉਨਾ ਹੀ ਠੀਕ ਹੈ ਉਸ ਤੋਂ ਅਗਲੀ ਵੈਰੈਟੀ ਹੈ GS C 7 2014 ਵਿੱਚ ਇਹ ਵੈਰੈਟੀ ਲਾਂਚ ਕੀਤੀ ਗਈ ਇਹ ਸਾਰੇ ਪ੍ਰਾਂਤਾਂ ਵਿੱਚ ਸਮੇਂ ਸਿਰ ਬਜਾਈ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ ਇਹ ਇੱਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸ ਨੂੰ ਚਿੱਟੀ ਕੁੰਗੀ ਰੋ ਨਹੀਂ ਲੱਗਦੀ ਝੂਲਸ ਰੋਗ ਵੀ ਬਹੁਤ ਘੱਟ ਲੱਗਦਾ ਹੈ ਇਸ ਨੂੰ ਇਸ ਦੇ ਬੀਜ ਚਮਕੀਲੇ ਤੇ ਕਾਲੇ ਪੂਰੇ ਰੰਗ ਦੇ ਹੁੰਦੇ ਹਨ ਇਸ ਦਾ ਆਵਸਨ ਝਾੜ 8.9 ਕੁਆਂਟਲ ਪ੍ਰਤੀ ਏਕੜ ਹੈ ਤਕਰੀਬਨ 9 ਕੁਆਂਟਲ ਦੇ ਲਾਗੇ ਪਹੁੰਚ ਗਈ ਹੈ ਇਸ ਵਿੱਚ ਤੇਲ ਦੀ ਮਾਤਰਾ 40.5% ਹੁੰਦੀ ਹੈ ਤੇ ਇਹ 154 ਦਿਨਾਂ ਵਿੱਚ ਪੱਕ ਜਾਂਦੀ ਹੈ ਸਭ ਤੋਂ ਵੱਧ ਝਾੜ ਦੇਣ ਵਾਲੀ ਵੈਰੈਟੀ ਹੈ ਉਸ ਤੋਂ ਅਗਲੀ ਵੈਰੈਟੀ ਹੈ GSSC 6 2007 ਵਿੱਚ ਹੈ ਲਾਂਚ ਕੀਤੀ ਗਈ ਇਸ ਦੀ ਸਪਾਸਟ ਵੀ ਸਾਰੇ ਪ੍ਰਾਂਤਾਂ ਵਿੱਚ ਕੀਤੀ ਜਾਂਦੀ ਹੈ ਪੰਜਾਬ ਦੇ ਇਸ ਦੇ ਦਾਣੇ ਚਮਕੀਲੇ ਤੇ ਮੋਟੇ ਹਨ ਇਸ ਦਾ ਔਸਤਨ ਝਾੜ 6.1 ਕੁਐਂਟਲ ਪ੍ਰਤੀ ਏਕੜ ਹੈ ਇਸ ਵਿੱਚ ਤੇਲ ਦੀ ਮਾਤਰਾ 39.1% ਹੈ ਅਤੇ ਇਹ ਕਿਸੇ ਵਿੱਚ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਸੋ ਇਹ ਸੀਗੀਆਂ ਤੋਰੀਆ ਤੇ ਗੋਭੀ ਸਰੋਰੀਆਂ ਕਿਸਮਾਂ। ਅਗਰ ਮੇਰੀ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।